सत श्रीकाल जी एच जी अमृतसर पंजाब न्यूज चैनल में आप का स्वागत करते हैं। न्यूज चैनल को अमरजीत सिंह वीडियो देखने तो पहले चैनल को लाइक शेयर सबसक्राइब जरूर करा करो। अमृतसर रेलवे स्टेशन के मजदूर यूनियन और संयुक्त किसान मोर्चे के सदे के अनुसार रेलवे स्टेशन पर चक्का जाम किया गया। ਅਸੀਂ ਏ ਜੀ ਚੈਨਲ ਨਿਊਜ਼ ਦਾ ਧੰਨਵਾਦ ਕਰਦੇ ਹਾਂ। ਅੱਜ ਜਿਹੜਾ ਦੇਸ਼ ਭਰ ਵਿੱਚ ਚੱਕਾ ਜਾਮ ਦਾ ਪ੍ਰੋਗਰਾਮ ਹੈ, ਪੰਜਾਬ ਭਰ ਵਿੱਚ ਰੇਲਾਂ ਦਾ ਚੱਕਾ ਜਾਮ ਕਰਨ ਦਾ, ਇਹ ਕਿਉਂ ਕੀਤਾ ਗਿਆ? ਕਿਉਂਕਿ ਜਿੱਦਣ ਅਸੀਂ 9 ਨਵੰਬਰ ਨੂੰ 9 ਦਸੰਬਰ ਨੂੰ ਜਦੋਂ ਚੰਡੀਗੜ੍ਹੋਂ ਆਏ ਸੀਗੇ, ਉਦਣ ਮੋਦੀ ਹੋਣਾ ਨੇ ਸਾਡੇ ਨਾਲ ਵਾਅਦਾ ਕੀਤਾ ਸੀਗਾ ਕਿ ਅਸੀਂ MSP ਦੇ ਕਾਨੂੰਨ ਦੀ ਕਮੇਟੀ ਬਣਾਵਾਂਗੇ, ਪਰ ਉਹ ਜਿਹੜੀ ਕਮੇਟੀ ਕੁੜਮ ਕਮੇਟੀ ਬਣਾਤੀ ਆ, ਉਹਦੇ ਸਿਰਫ 3 ਸੰਯੁਕਤ ਕਿਸਾਨ ਮੋਰਚੇ ਦੇ ਸ਼ਾਮਿਲ ਕਰਨ ਦਾ ਪ੍ਰੋਗਰਾਮ ਜਿਹੜੀ ਅਸੀਂ ਰੱਦ ਕਰਦੇ ਹਾਂ, ਅਤੇ ਨਾਲੇ ਮੰਗ ਕਰਦੇ ਹਾਂ ਵੀ ਕੋਈ ਵੀ ਕਮੇਟੀ ਜਿਹੜੀ ਇਹਦੇ ਤੋਂ ਘੱਟ ਬਣੂਗੀ, ਉਹ ਕਮੇਟੀ ਦਾ ਸਿਰਲੇਖ ਇਹ ਹੋਵੇ ਕਾਨੂੰਨ ਬਣਾਉਣ ਦੀ ਕਮੇਟੀ ਜਿਹੜੀ ਆ ਉਹ ਜਿਹੜੀ ਬਣੂਗੀ, ਉਹਦੇ ਵਿੱਚ ਵੀ ਜਿਹੜਾ ਵਾਅਦਾ ਸੀ ਇਹਨਾਂ ਦਾ ਵੀ 5 ਕਿਸਾਨਾਂ ਦੇ ਨੁਮਾਇੰਦੇ ਹੋਣਗੇ, 4 ਸਰਕਾਰ ਦੇ ਨੁਮਾਇੰਦੇ ਹੋਣਗੇ, ਅਤੇ ਜਿਹੜਾ ਚੇਅਰਮੈਨ ਆ ਉਹ 9 ਮੈਂਬਰ ਬੈਠ ਕੇ ਵੇਖਣਗੇ ਵੀ ਇਹਦੇ 'ਚੋਂ ਚੇਅਰਮੈਨ ਕਿਹੜਾ ਬਣਾਉਣਾ। ਸੋ ਇਸ ਕਰਕੇ ਕਮੇਟੀ ਕੁੜਮ ਕਮੇਟੀ ਬਣਾਤੀ ਆ, ਚੇਅਰਮੈਨ ਜਿਹੜਾ ਵਾ ਉਹੋ ਹੀ ਬੰਦਾ ਬਣਾਤਾ ਅਗਰਵਾਲ, ਜਿਹੜਾ ਇਹਨਾਂ ਕਾਨੂੰਨਾਂ ਦਾ ਘਾੜਾ ਵਾ। ਇਹਦਾ ਮੈਂਬਰ 71 ਉਹ ਬਣਾਤਾ ਜਿੰਨੇ ਕਾਨੂੰਨ ਲਿਖੇ ਸੀਗੇ, ਜਿੰਨੇ ਮੈਂਬਰ ਵਿੱਚ ਸ਼ਾਮਿਲ ਕੀਤੇ ਗਏ ਆ ਉਹ ਸਾਰੇ ਅਸੀਂ ਰੱਦ ਕੀਤੇ ਹੋਏ ਆ, ਉਹ ਸਰਕਾਰ ਦੇ ਨੁਮਾਇੰਦੇ ਆ। ਸੋ ਇਸ ਕਰਕੇ ਇਸ ਕਮੇਟੀ ਨੂੰ ਅਸੀਂ ਰੱਦ ਕਰਦੇ ਹਾਂ। ਦੂਸਰੀ ਅਸੀਂ ਮੰਗ ਕਰਦੇ ਹਾਂ ਵੀ ਅੱਜ ਦੁਨੀਆ ਭਰ ਵਿੱਚ ਕਿਸਾਨਾਂ ਨੂੰ ਮੁੜ ਪੈਰਾਂ 'ਤੇ ਲਿਆਉਣ ਲਈ ਉਹਦੀਆਂ ਸਮੂਹ ਫਸਲਾਂ ਵਿੱਚੇ ਸਬਜ਼ੀਆਂ, ਵਿੱਚੇ ਦੁੱਧ, ਵਿੱਚੇ ਫਲ, ਵਿੱਚੇ ਲੱਕੜਾਂ ਆਦਿਕ ਜਿਹੜੀ ਆ, ਜੋ ਵੀ ਉਤਪਾਦਨ ਕਿਸਾਨ ਕਰਦਾ ਵਾ ਉਹਦੀਆਂ ਲਾਗਤ ਕੀਮਤਾਂ 'ਤੇ ਕਾਨੂੰਨੀ ਗਰੰਟੀ ਦੀ MSP ਹੋਵੇ ਅਤੇ ਉਹਦੀ ਖਰੀਦ ਯਕੀਨੀ ਬਣਾਈ ਜਾਵੇ, ਨਾਲ ਦੀ ਨਾਲ ਲਾਗਤ ਕੀਮਤਾਂ ਘਟਾਈਆਂ ਜਾਣ, ਕਿਉਂਕਿ ਜਿਹੜੀਆਂ ਖਾਦਾਂ ਵਾ ਉਹ ਪਬਲਿਕ ਸੈਕਟਰ 'ਚ ਤਿਆਰ ਹੋਣ, ਕੀੜੇ ਮਾਰ ਦਵਾਈਆਂ ਪਬਲਿਕ ਸੈਕਟਰ 'ਚ ਤਿਆਰ ਹੋਣ, ਨਹਿਰੀ ਪ੍ਰਬੰਧ ਇੰਨਾ ਮਜ਼ਬੂਤ ਕੀਤਾ ਜਾਵੇ ਕਿ ਹਰ ਖੇਤ ਜਿਹੜਾ ਦੁਨੀਆ ਦਾ ਖੇਤ ਆ, ਖਾਸ ਕਰਕੇ ਪੰਜਾਬ ਦੇ ਰਹਿਣ ਵਾਲੇ ਅਸੀਂ, ਹਰ ਖੇਤ ਤੱਕ ਨਹਿਰੀ ਪਾਣੀ ਜਿਹੜਾ ਵਾ ਉਹ ਪ੍ਰਬੰਧ ਬਣਿਆ ਹੋਇਆ ਵਾ, ਸਿਰਫ ਉਸ ਪ੍ਰਬੰਧ ਨੂੰ ਵਿਗਾੜਿਆ ਗਿਆ ਵਾ। ਉਹ ਪ੍ਰਬੰਧ ਜਿਹੜਾ ਉਹ ਬਣਾਇਆ ਜਾਵੇ, ਜਿਹੜਾ ਪਾਣੀ ਆ ਨਹਿਰਾਂ ਦਾ, ਸੋਇਆਂ ਦਾ, ਉਹ ਤੁਰ ਖੇਤਾਂ ਤੱਕ ਜਾਵੇ। ਇਸੇ ਤਰ੍ਹਾਂ ਜਿਹੜੀ ਬਾਰਿਸ਼ ਹੁੰਦੀ ਆ ਉਹਦਾ ਪਾਣੀ ਜਿਹੜਾ ਉਹ ਇਕੱਠਾ ਕੀਤਾ ਜਾਵੇ, ਕੰਜਰਵ ਕੀਤਾ ਜਾਵੇ। ਅਤੇ ਲਓ ਮੈਂ ਕਹਿੰਦਾ ਵਾਂ ਕੋਈ ਵੀ 15 ਲੱਖ ਜਿਹੜੇ ਟਿਊਬਵੈੱਲ ਆ, ਕਿਸੇ ਟਿਊਬਵੈੱਲ ਦੀ ਲੋੜ ਨਹੀਂ ਗੀ। ਸੋ ਇਸ ਕਰਕੇ ਪਾਣੀ ਦਾ ਪ੍ਰਬੰਧ ਹੋ ਸਕਦਾ, ਫਸਲਾਂ ਦੀ ਖਰੀਦ ਦੀ ਗਰੰਟੀ ਹੋ ਜਾਵੇ, ਇਹਦੇ ਨਾਲ ਲਾਗਤਾਂ ਕੀਮਤਾਂ ਘੱਟ ਜਾਣ, ਅਤੇ ਨਾਲ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਜਿਹੜਾ ਵਾ ਉਹ ਇੰਨਾ ਮਜ਼ਬੂਤ ਹੋਵੇ ਵੀ ਗਰੀਬ ਨੂੰ ਰੋਟੀ ਜਿਹੜੀ ਆ ਉਹ ਮੁਫਤ ਦੀ ਤਰ੍ਹਾਂ ਮਿਲੇ, ਦੁੱਧ ਮੁਫਤ ਦੀ ਤਰ੍ਹਾਂ ਮਿਲੇ, ਕੱਪੜਾ ਸਸਤਾ ਮਿਲੇ, ਪਿੰਡਾਂ 'ਚ ਪਬਲਿਕ ਦੇ ਜਿਹੜੇ ਆ ਉਹ ਅਦਾਰੇ ਹੋਣ ਜਿਹੜੇ ਲੋਕਾਂ ਨੂੰ ਜਿਹੜੀਆਂ 32-33 ਚੀਜ਼ਾਂ ਸਸਤੇ ਭਾਅ 'ਤੇ ਦੇਣ। ਲਓ ਸਾਡਾ ਹਿੰਦੁਸਤਾਨ 2 ਸਾਲਾਂ ਵਿੱਚ ਫਿਰ ਹਰਿਆ ਭਰਿਆ ਬਣ ਸਕਦਾ।